ਬਲਵੀਰ ਸਿੰਘ ਲੰਬੜਦਾਰ ਪਿੰਡ ਮੇਘੋਵਾਲ ਦੁਆਬਾ ਦਾ ਰਹਿਣ ਵਾਲਾ ਅਣ ਪਤਾ ਤਾਂ ਮਿਲਣਾ ਚਾਹੀਦਾ ਜ਼ਰੂਰ ਘੱਟ ਆ ਔਰ ਨਾ ਸਾਨੂੰ ਬੱਸ ਦਾ ਕੋਈ ਮਿਲ ਜਾ ਬੱਸ ਦਾ ਵੀ ਮਿਲਣਾ ਚਾਹੀਦਾ ਅਤੇ ਹੋਰ ਜਦੋਂ ਅਸੀਂ ਤਹਿਸੀਲ 'ਚ ਜਾਂਦੇ ਹਾਂ ਸਾਨੂੰ ਉੱਥੇ ਬੋਦਰੇਸ਼ਨ ਬਹੁਤ ਪੈਂਦੀ ਆ ਅਤੇ ਕਦੀ ਸਾਹਿਬ ਨਹੀਂ ਬੈਠਦੇ ਤਹਿਸੀਲਦਾਰ ਸਾਹਿਬ ਨਹੀਂ ਹੁੰਦੇ ਅਤੇ ਜਿਹੜੇ ਲੋਕ ਅਸੀਂ ਸਾਰਾ ਦਿਨ ਤੱਕ ਉੱਥੇ ਸਾਡਾ ਲੱਗ ਜਾਂਦਾ ਅਤੇ ਤਕਰੀਬਨ ਇੱਦਾਂ ਦੇ ਕੰਮ ਜਿਹੜੇ ਸੁਵਿਧਾ ਕੇਂਦਰ ਜਾਈਦਾ ਉੱਥੇ ਕੋਈ ਕੰਮ ਨਹੀਂ ਹੁੰਦਾ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਫਿਰ ਸਾਨੂੰ ਇੱਦਾਂ ਹੀ ਵਾਪਸ ਆਉਣਾ ਪੈਂਦਾ ਵੀ ਇਹ ਸਾਡੀਆਂ ਦਿੱਕਤਾਂ ਦੂਰ ਕੀਤੀਆਂ ਜਾਣ ਅਤੇ ਮਾਣ ਪੱਤਾ ਵੀ ਸਾਡਾ ਵਧਾਉਣਾ ਚਾਹੀਦਾ ਅੱਜ ਕੱਲ੍ਹ ਬੜਾ ਟਾਈਮ ਔਖਾ ਨਿਕਲ ਰਿਹਾ ਲੰਬੜਦਾਰ ਸਾਡੇ ਬਜ਼ੁਰਗ ਸੀ ਉਹ ਤੋਂ ਪਹਿਲਾਂ ਅਗਲੇ ਬਜ਼ੁਰਗ ਸੀ ਤਿੰਨ ਪੁਸ਼ਤਾਂ ਤੋਂ ਸਾਡੀ ਲੰਬੜਦਾਰੀ ਸਾਡੇ ਕੋਲ ਹੈ ਮੇਰਾ ਲੜਕਾ ਹੈ ਉਹਦੇ 'ਤੇ ਬਹੁਤ ਲੋਕ ਅਸੀਂ ਸਾਰੀ ਉਮਰ ਕੰਮ ਕਰਦੇ ਰਹਿੰਦੇ ਹਾਂ ਪਿੰਡ ਦੇ ਵਿੱਚ ਜਦੋਂ ਇੱਕ ਬੰਦੇ ਦੀ ਉਹਦੀ ਡੈਥ ਹੋ ਜਾਂਦੀ ਆ ਤਾਂ ਹੋਰ 20 ਬੰਦੇ ਹੋਰ ਜਣੇ ਖਣੇ ਵਿੱਚ ਜਾ ਕੇ ਫਸ ਜਾਂਦੇ ਆ ਉਹਦੇ ਨਾਲ ਸਾਨੂੰ ਬਹੁਤ ਕੇਸ ਲੜਨੇ ਪੈਂਦੇ ਆ ਇਹ ਵੀ ਸਰਕਾਰ ਨੂੰ ਚਾਹੀਦਾ ਜੇਕਰ ਮੇਰਾ ਲੜਕਾ ਅਗਰ ਸਹੀ ਪਾਇਆ ਜਾਂਦਾ ਉਹਦੇ ਕੋਈ ਕਰੈਕਟਰ ਬਿਲਕੁਲ ਠੀਕ ਆ ਉਹਨੂੰ ਇੱਕ ਦਰਖਾਸਤ ਉਸੇ ਵੇਲੇ ਉਹਦੇ ਨਾਂ 'ਤੇ ਹੋ ਜਾਣੀ ਚਾਹੀਦੀ ਆ ਇਹ ਇੱਕ ਬਹੁਤ ਬੜਾ ਉਪਰਾਲਾ ਅੱਗੇ ਵੀ ਚੱਲਦੀ ਕਰਦੇ ਹਾਂ ਜ਼ਮੀਨਾਂ ਪਰ ਸੁਣਾਈ ਨਹੀਂ ਹਜੇ ਹੋਰ ਇਹ ਜ਼ਰੂਰ ਹੋਣਾ ਚਾਹੀਦਾ ਹੁਣ ਮਤਰੇਈ ਤੋਂ ਵੀ ਮਾੜਾ ਕਰ ਰਹੀ ਆ ਇਸ ਵੇਲੇ ਧੱਕਾ ਜਾਣੀ ਜੋ ਵੀ ਮੈਂ ਜ਼ਿਮੀਦਾਰ ਹਾਂ ਮੇਰੇ ਕੋਲ ਬਾਗਬਾਨੀ ਦਾ ਵੀ ਕੰਮ ਹੈਗਾ ਜੇ ਮੈਂ ਹੁਣ ਤਿਆਰ ਕਰਕੇ ਦਿੰਦਾ ਹਾਂ ਮਾਰਕੀਟ 'ਚ ਉੱਥੇ ਜਾ ਕੇ ਮੰਡੀ 'ਚ ਕੋਈ ਰੇਟ ਹੀ ਨਹੀਂ ਲੱਗਦਾ ਅਤੇ ਜਦੋਂ ਅਸੀਂ ਬਾਹਰ ਖਰੀਦਦੇ ਹਾਂ ਤਾਂ 80-100 ਰੁਪਈਆ ਰੇਟ ਆ ਉਹਦਾ ਅਤੇ ਹੁਣ ਜ਼ਿਮੀਦਾਰ ਕੋਈ ਇੰਨਾ ਟਾਈਮ ਹੈ ਨਹੀਂ ਵੀ ਜਿਹੜਾ ਉਹ ਜਾ ਕੇ ਦੁਕਾਨ 'ਤੇ ਵੇਚੇ ਜਾਂ ਉੱਥੇ ਜਾ ਕੇ ਬੈਠਾ ਰਹੇ ਇਹ ਵੀ ਕੋਈ ਫਿਕਸ ਰੇਟ ਹੋਣੇ ਚਾਹੀਦੇ ਆ ਔਰ ਮੇਰਾ 6 ਖੇਤਾਂ 'ਚ ਬਾਗ ਲੱਗਾ ਹੈ ਔਰ ਮੈਨੂੰ ਇਸ ਵੇਲੇ ਇੱਕਦਮ ਘਾਟੇ 'ਤੇ ਜਾ ਰਿਹਾ ਔਰ ਉਸੇ ਪਾਸੇ ਮੈਂ ਕਹਿੰਦਾ ਵੀ ਇਹਨੂੰ ਪੱਟ ਕੇ ਜਿੰਨਾ ਹੋਰ ਕੋਈ ਫਸਲ ਬੀਜ ਦੇਵਾਂ ਉਹ ਵੀ ਮੈਨੂੰ ਚੰਗਾ ਨਹੀਂ ਲੱਗਾ ਕਿਉਂਕਿ 25 ਸਾਲ ਦੇ ਵਿੱਚ ਉਮਰ ਉਹਦੀ ਮੇਰੇ ਬਾਗ ਦੀ ਹੋ ਗਈ ਆ 7 ਕਿਸਮ ਦਾ ਮੇਰੇ ਕੋਲ ਅੰਬ ਆ ਇਸ ਵੇਲੇ ਅਤੇ ਚਿੱਕੂ ਹੈ ਲੀਚੀ ਹੈ ਕਟਹਿਰ ਹੈ ਸਾਰਾ ਕੁਛ ਹੈ ਪਰ ਇਸ ਵੇਲੇ ਘਾਟੇ 'ਚ ਆ ਬਿਲਕੁਲ ਚਿੱਕੂ ਇਸ ਵੇਲੇ ਵੀ ਮੇਰੇ ਕੋਲ ਦੇਖਣਾ ਚਾਹੁੰਦੇ ਤਾਂ ਮੇਰੇ ਕੋਲ ਕ੍ਰੇਡ ਭਰਿਆ ਪਿਆ ਹੁਣ ਵੀ ਮੈਂ ਮੰਡੀ ਗਿਆ ਸੀਗਾ ਉੱਥੋਂ ਇੱਦਾਂ ਹੀ ਵਾਪਸ ਲੈ ਕੇ ਆਇਆ ਉਹ ਰੇਟ ਕੋਈ 30 ਰੁਪਈਏ ਕਹਿੰਦਾ ਕੋਈ 40 ਰੁਪਏ ਕਹਿੰਦਾ ਜਦ ਕਿ ਬਾਹਰ 80 ਰੁਪਏ ਉਹੀ ਵੇਚ ਰਿਹਾ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਬਾਗਬਾਨ ਆ ਬਾਗਬਾਨ 25 ਸਾਲ ਦਾ ਹੁਣ ਮੇਰੇ ਕੋਲ ਹੋ ਗਿਆ ਮੇਰਾ ਉਹਦੇ 'ਤੇ ਬਹੁਤ ਜ਼ਿਆਦਾ ਖਰਚਾ ਹੋਇਆ ਔਰ ਮੈਨੂੰ ਉਹਦਾ ਬੈਨੀਫਿਟ ਬਿਲਕੁਲ ਵੀ ਨਹੀਂ ਮਿਲ ਰਿਹਾ ਦੂਸਰਾ ਇੱਕ ਹੋਰ ਮੈਂ ਇਹਦੇ 'ਚ ਲਾਇਆ ਸੀ ਪਠਾਨਕੋਟ ਦੇ ਵਿੱਚ ਬਿਗਮ ਕੰਪਨੀ ਉਹਨਾਂ ਤੋਂ ਮੈਂ ਐਲੋਵੇਰਾ ਲਾਇਆ 2,40,000 ਰੁਪਈਆ ਉਹਨਾਂ ਨੂੰ ਮੈਂ ਭਰਿਆ 2,40,000 ਰੁਪਏ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ 3 ਵਾਰ ਇਹ ਕੱਟਾਂਗੇ 3 ਵਾਰ ਕੱਟ ਕੇ ਤੁਹਾਨੂੰ ਇਹਦਾ ਇੰਨਾ ਰੇਟ ਮਿਲੂਗਾ 30 ਰੁਪਈਆ 35 ਰੁਪਏ ਇੰਨਾ ਕੁਛ ਦੱਸਿਆ ਉਹਨਾਂ ਨੇ ਉਹ ਨਹੀਂ ਮੈਂ ਕਿਹਾ ਚਲੋ 3 ਵਾਰ ਕਹਿੰਦੇ ਆ ਜੇ ਇੱਕ ਵਾਰ ਵੀ ਕੱਟ ਹੋ ਗਿਆ ਤਾਂ ਮੇਰਾ ਬੈਂਕ ਦਾ ਵਿਆਜ ਹੀ ਖਤਮ ਹੋ ਜਾਊਗਾ ਪਰ ਉਹ ਜਦੋਂ ਲਾਸਟ ਐਂਡ ਹੋ ਗਿਆ ਉਹ ਕੰਪਨੀ ਚੱਕਣੇ ਨਹੀਂ ਆਈ ਕੰਪਨੀ ਨੂੰ ਕਿਹਾ ਉਹਨਾਂ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਵੀ ਕੰਪਨੀ ਫੇਲ ਹੋ ਗਈ ਚੱਕਦੀ ਨਹੀਂ ਉਹ ਮੈਨੂੰ ਆਖਰ ਤੱਕ ਮੈਂ ਦੇਖਿਆ 1.5 ਸਾਲ ਫਿਰ ਮੈਨੂੰ ਵਿੱਚੋਂ ਬਾਣੀ ਪੈ ਗਈ ਕਿਉਂਕਿ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਦੋਂ ਫਿਰ ਮੈਂ ਕਿਹਾ ਵੀ ਮੈਂ ਕੇਸ ਕਰ ਦੇਣਾ ਤੁਹਾਡੇ 'ਤੇ ਕੰਪਨੀ 'ਤੇ ਕੇਸ ਕਰ ਦੇਣਾ ਉਹ ਕਹਿੰਦੇ ਨਹੀਂ ਕੇਸ ਨਾ ਕਰੋ ਤੁਸੀਂ ਇਹਦੇ ਬਦਲ 'ਚ ਤੁਹਾਨੂੰ ਬੂਟੇ ਦੇ ਦਿੰਦੇ ਹਾਂ ਟਿਸ਼ੂ ਸਾਗਵਾਨ ਔਰ ਉਹ ਸਾਗਵਾਨ ਇੰਨਿਆਂ ਪੈਸਿਆਂ 'ਚ ਦੇ ਦੇਵਾਂਗੇ ਪਰ ਉਹ ਤੁਸੀਂ ਲਾਓ ਉਹਦਾ ਰੇਟ ਮੈਨੂੰ ਉਹਨਾਂ ਨੇ ਦੱਸਿਆ ਵੀ 3,000 ਤੋਂ 3,500 ਰੁਪਏ ਰੇਟ ਹੈ ਇਹਦਾ ਫੁੱਟ ਦਾ ਪਰ ਉਹ ਹੋਣਾ ਕਦੋਂ ਆ ਉਹ 10 ਸਾਲ ਤੋਂ ਲੈ ਕੇ 12 ਸਾਲ ਤੱਕ ਤਿਆਰ ਹੋਣਾ ਉਹ 10-12 ਸਾਲ ਦਾ ਗੈਪ ਮੈਂ ਕਿੱਦਾਂ ਪੂਰਾ ਕਰੂੰਗਾ ਬੈਂਕ ਦਾ ਵਿਆਜ ਮੇਰੇ ਸਿਰ ਪੈ ਰਿਹਾ ਜਦ ਕਿ ਮੈਨੂੰ ਬੈਂਕ ਨੇ ਇੱਦਾਂ ਨਹੀਂ ਕੀਤਾ ਉਹ ਕਹਿੰਦੇ ਪੈਸਾ ਚਾਹੀਦਾ ਲਾਓ ਤੁਸੀਂ ਲਾਓ ਪਰ ਮੈਂ ਉਹਦੀ ਹੁਣ ਮੋੜਾ ਕੀਤਾ ਨਾ ਤਾਂ ਮੇਰਾ ਬਾਗ ਦਾ ਫਲ ਵਿਕ ਰਿਹਾ ਅਤੇ ਨਾ ਮੇਰਾ ਉਹ ਸਾਗਵਾਨ ਅਜੇ 10 ਸਾਲ ਨਾ ਉਹਦਾ ਜਿੰਨਾ ਮੇਰਾ ਵਿਆਜ ਮੇਰੇ ਸਿਰ ਪੈ ਜਾਣਾ ਉਨੇ ਉਹ ਮੇਰੇ ਇੱਦਾਂ ਹੀ ਖਤਮ ਹੋ ਜਾਣੀ ਉਹ ਜ਼ਮੀਨ ਜਾਂ ਫਸਲ ਵੀ ਮੇਰੀ ਜਾਂਦੀ ਲੱਗਣੀ ਹੈ ਟਿਸ਼ੂ ਸਾਗਵਾਨ ਵੀ ਜ਼ਿਆਦਾ ਲੱਗਣਾ ਜ਼ਿਆਦਾ ਮੈਨੂੰ ਸਰਕਾਰ ਦੇ ਦੇਵੇ ਵੀ 2% ਵਿਆਜ ਦੇ ਉੱਤੇ ਉਹ ਉਹਨੂੰ ਕਨਵਰਟ ਕਰ ਦੇਵੇ ਮੈਂ ਪੈਸਾ ਮਾਰਨਾ ਨਹੀਂ ਚਾਹੁੰਦਾ ਮੈਂ ਦੇਣਾ ਚਾਹੁੰਦਾ